ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ, ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹਾਂ। ਜਨਾਬ, ਜਿਹੜੀ ਅੱਜ ਦੇ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਵੀਡੀਓ ਦਿਖਾਉਣ ਲੱਗੇ ਗਾਏ ਦੀ, ਗਾਏ ਦਾ ਰੇਟ ਬਹੁਤ ਮਕਬੂਲ ਹੋਏਗਾ ਮਾਸ਼ਾਅੱਲਾ, ਔਰ ਬਹੁਤ ਆਊਟ ਕਲਾਸ ਦਾ ਜਾਨਵਰ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਬੈਠ ਹੈ, ਔਰ ਪਿਓਰ ਜਨਾਬ ਈਸਾਈ ਵਾਲ ਦੇ ਵਿੱਚ ਕ੍ਰੋਸ ਬੈਡ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਮੇਰੇ ਕੈਮਰਾਮੈਨ ਸਭ ਦਿਖਾਉਣਗੇ। ਲੈਣੇ ਦੇਣੇ ਵੀਰੋ ਮੁਕੰਦਰ ਹੋਣਗੇ, ਸੌਦੇ ਨਸੀਬਾਂ ਦੇ ਹੋਣਗੇ, ਪੂਰਾ ਪਾਵਰ ਵਾਲਾ ਥਣ, ਪੂਰੀ ਜਾਨ ਵਾਲੀ। ਭਾਈ ਤਫੈਲ ਦੇ ਕੋਲੇ ਖੜੀ ਹੈ, ਭਾਈ ਤਫੈਲ ਦੇ ਮਾਸ਼ਾਅੱਲਾ ਜਾਨਵਰ ਅੱਜ ਤੋਂ ਪਹਿਲੇ ਵੀ ਵੇਚੇ ਨੇ, ਔਰ ਹੁਣ ਵੀ ਭਾਈ ਤਫੈਲ ਦੀ ਵੀਡੀਓ ਅੱਜ ਵੀ ਲਾਉਣ ਲੱਗੇ ਆ, ਔਰ ਬਾਕੀ ਲੈਣੇ ਦੇਣ ਮੁਕੰਦਰ ਨੇ, ਸੌਦੇ ਦੋਸਤ ਨਸੀਬਾਂ ਦੇ ਨੇ, ਔਰ ਸਾਰੀਆਂ ਗੱਲਾਂ ਦੀਆਂ ਮੈਂ ਆਪਣੇ ਵੀਰਾਂ ਨੂੰ ਤਸੱਲੀਆਂ ਕਰਾਉਂਦਾ ਪਿਆ, ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੇ ਕੈਮਰੇ ਦੀ ਅੱਖ ਦੇ ਸਾਹਮਣੇ ਦੇਖ ਲੈਣੀ ਹੈ, ਪੂਰੀ ਤਸੱਲੀ ਕਰਾਵਾਂਗਾ ਮੈਂ ਆਪਣੇ ਭਰਾਵਾਂ ਨੂੰ। ਚੰਗਾ ਭਰਾ, ਔਰ ਬਾਈ ਚੁਆਈ ਕਰੇਗਾ, ਚੁਆਈ ਔਰ ਹਰ ਚੀਜ਼ ਮੇਰੇ ਵੀਰਾਂ ਨੂੰ ਤਸੱਲੀ ਕਰ ਲੈਣੀ ਹੈ। ਬਾਕੀ ਲੈਣੇ ਦੇਣੇ ਮੁਕੱਦਰ ਹੋਣਗੇ, ਸੌਦੇ ਦੋਸਤ ਨਸੀਬਾਂ ਦੇ ਹੁੰਦੇ ਨੇ, ਔਰ ਪੂਰੀ ਆਪਣੇ ਵੀਰਾਂ ਨੂੰ ਤਸੱਲੀ ਇੱਕ ਇੱਕ ਗੱਲ ਦੀ ਕਰਾਵਾਂਗੇ, ਤੁਰਨ ਫਿਰਨ ਵੀ ਦਿਖਾਵਾਂਗੇ, ਔਰ ਇੱਕ ਵਾਰ ਚੁਆਈ ਕਰਾ ਲਈਏ, ਔਰ ਬਾਈ ਨੇ ਬੱਚਾ ਲਾ ਦਿੱਤਾ, ਤੁਰਨ ਫਿਰਨ ਦਿਖਾਉਣਾ ਸੀ, ਐਂਡ ਤੇ ਚੁਆਈ ਤੋਂ ਬਾਅਦ ਦਿਖਾ ਦਿਆਂਗੇ ਆਪਣੇ ਵੀਰਾਂ ਨੂੰ, ਔਰ ਪੂਰੀ ਗਾਂ ਦੀ ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ ਹੈ, ਔਰ ਥਣ ਮਾਸ਼ਾਅੱਲਾ ਬਹੁਤ ਪਾਵਰ ਵਾਲਾ, ਮਾਸ਼ਾਅੱਲਾ ਬੜੀ ਪਿਆਰੀ ਵੈੜ ਮੇਰੇ ਵੀਰਾਂ ਦੇ ਸਾਹਮਣੇ। ਗਰਮੀ ਸਰਦੀ ਦੀ ਸ਼ਹਜ਼ਾਦੀ ਬਣੀ ਬਣਾਈ ਦੋਸਤੋ ਮੱਝ ਹੈ, ਮੱਝ ਵੀ ਇੱਕ ਟਾਈਮ ਗਰਮੀ ਕਰ ਜਾਂਦੀ ਹੈ, ਇਹ ਵੈੜ ਨਾ ਗਰਮੀ ਕਰਨ ਵਾਲੀ ਹੈ ਨਾ ਸਰਦੀ ਕਰਨ ਵਾਲੀ ਹੈ, ਚੁਆ ਵੀ ਮੇਰੇ ਵੀਰਾਂ ਨੇ ਦੇਖਣਾ, ਪੂਰੀ ਤਸੱਲੀ ਕਰਾਉਣੀ ਹੈ, ਔਰ ਰੇਟ ਬਹੁਤ ਮਕਬੂਲ ਹੋਏਗਾ। ਰੇਟ ਭਾਈਜਾਨ ਉਹ ਕਰਨਗੇ ਕਿ ਜਿਹੜਾ ਆਪਣੇ ਜਾਨਵਰ ਦਾ ਉਹਨਾਂ ਨੇ ਲੈ ਲੈਣਾ, ਔਰ ਦੁੱਧ ਅੱਲਾ ਦੇ ਹੁਕਮ ਨਾਲ। ਭਾਈ ਤਫੈਲ ਕਹਿੰਦੇ ਨੇ 13-14 ਕਿਲੋ ਗਾਂ ਦੇ ਕੋਲ ਪੱਕਾ ਦੁੱਧ ਹੈ ਜਨਾਬ, ਗੜਵੀਆਂ ਮਾਰ ਕੇ ਮਿਲ ਲਾਂਗੇ, ਔਰ ਤਸੱਲੀਆਂ ਕਰ ਲਾਂਗੇ, ਔਰ ਮੇਰੇ ਵੀਰਾਂ ਨੇ ਵੀ ਕਰ ਲੈਣੀਆਂ ਨੇ, ਅਸੀਲ 100 ਗਾਂ ਪੂਰੀ ਮਾਸ਼ਾਅੱਲਾ। ਔਰ ਮਗਰ ਭਾਈਜਾਨ ਕੀ ਕਹਿੰਦੇ? ਮਗਰ ਦੋਸਤੋ ਬੱਚਾ ਭਾਈ ਤਫੈਲ ਕਹਿੰਦਾ, ਔਰ ਮਾਸ਼ਾਅੱਲਾ ਗਾਂ ਨੂੰ ਪੂਰਾ ਮੇਰੇ ਵੀਰਾਂ ਨੇ ਦੇਖਣਾ, ਔਰ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਕੋਈ ਤੁਹਾਡੀ ਨਜ਼ਰ ਤੋਂ ਉਝਲ ਨਹੀਂ ਆ ਚੀਜ਼, ਹਮੇਸ਼ਾ ਤਸੱਲੀਆਂ ਕਰਾਈਦੀਆਂ ਨੇ ਆਪਣੇ ਭਰਾਵਾਂ ਦੀਆਂ। ਦੇ ਦੇ ਪੈਣ ਮੇਰੇ ਭਰਾ, ਬਾਲਟੀ ਬਿਲਕੁਲ ਖਾਲੀ ਹੈ। ਆਹ ਚੁਆ ਵੇਖੋ ਮੇਰੇ ਭਰਾ, ਕੈਮਰੇ ਦੇ ਵਿੱਚ ਡਾਕਟਰ ਸਾਨੂੰ ਸਮਝੀ ਖੜੀ ਗੱਲ, ਪੂਰੀ ਤਸੱਲੀਆਂ ਕਰਾ ਰਿਹਾ ਮੈਂ ਆਪਣੇ ਭਰਾਵਾਂ ਨੂੰ। ਚੁਆ ਵੇਖਣ ਮਾਸ਼ਾਅੱਲਾ ਕਿੱਡਾ ਮੋਟਾ ਬਾਈ, ਗਾੜੀ ਨਾਲ ਗਾੜੀ ਚੋਈ ਜਾਂਦਾ, ਪਛਾੜੀ ਨਾਲ ਪਛਾੜੀ ਚੋਏਗਾ। ਜਿਨ੍ਹਾਂ ਗਾਵਾਂ ਦੇ ਥਣ ਚੰਗੇ ਹੁੰਦੇ ਨੇ ਉਹਨਾਂ ਦੇ ਮੇਰੇ ਵੀਰਾਂ ਨੂੰ ਪਤਾ, ਚੁਆ ਵੀ ਚੰਗੇ ਹੁੰਦੇ ਨੇ, ਔਰ ਮਾਸ਼ਾਅੱਲਾ ਨਸਲ ਜ਼ਾਤ ਵਾਲੀ ਬੈਡ। ਰੇਟ ਬਹੁਤ ਦੋਸਤੋ ਮਕੂਲ ਹੋਣਾ, ਬੜਾ ਮਕੂਲ ਹੋਣਾ। ਅੱਜ ਦਾ ਰੇਟ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ, ਜਿੰਨੇ ਮੇਰੇ ਵੀਰ ਭਰਾ ਦੋਸਤ ਚੈਨਲ ਦੇਖਦੇ ਨੇ ਯੂਟਿਊਬ 'ਤੇ ਜਾਨਵਰ ਐਨੀਮਲ ਦੇ, ਅੱਲਾ ਦੇ ਉਹਨਾਂ ਸਾਰਿਆਂ ਨਾਲ ਪਿਆਰ ਅਤੇ ਮੁਹੱਬਤ ਅਤੇ ਚਾਹਤ ਵਾਲਾ ਰੇਟ ਹੋਏਗਾ। ਬੜਾ ਪਿਆਰਾ ਚੁਆ ਹੈ ਮਾਸ਼ਾਅੱਲਾ ਵੈਰ ਦਾ, ਬਾਲਟੀ ਦੇਖਦੇ ਪਹਿਲਾਂ ਤਾਂ ਭੱਜੀ ਆਉਂਦੀ। ਮਾਸ਼ਾਅੱਲਾ ਚੁਆ ਵੇਖਣ ਕਿੱਡਾ ਲਾਜਵਾਬ, ਬਹੁਤ ਕਮਾਲ ਦਾ ਚੁਆ ਹੈ। ਮੈਂ ਆਪਣੇ ਵੀਰਾਂ ਨੂੰ ਅੱਗੇ ਦੱਸਿਆ ਕਿ ਮੱਝ ਹੈ ਬਣੀ ਬਣਾਈ ਵੈਰ, ਅੱਲਾ ਦੇਖਣਾ। ਮਾਸ਼ਾਅੱਲਾ ਦੁੱਧ ਮੇਰੇ ਵੀਰਾਂ ਸਾਹਮਣੇ ਬਿਲਕੁਲ ਸਫੈਦ ਚਿੱਟਾ ਮੱਝਾਂ ਰੰਗਾ ਹੋਏਗਾ ਜਨਾਬ।
ਭਾਈ ਜਾਨ ਬਿਲਕੁਲ ਬੱਚੇ ਦਾ ਰੱਜ ਵੀ ਛੱਡਣਗੇ ਜਨਾਬ। ਐ ਮਾਸ਼ਾਅੱਲਾ ਮੇਰੇ ਵੀਰ ਦੇਖਦੇ ਪਹਿਲਾਂ ਬਾਲਟੀ ਕੱਢ ਲਈਏ ਦੁੱਧ ਦੀ, ਛੱਡ ਦਿਓ ਜੀ ਬਾਕੀ ਬੱਚੇ ਨੂੰ ਜੀ, ਭਾਈ ਤਾਂ ਫੈਲ ਛੱਡ ਦਿਓ ਬੱਚੇ ਨੂੰ। ਐ ਜਨਾਬ ਮੇਰੇ ਵੀਰਾਂ ਸਾਹਮਣੇ ਆ ਗਿਆ, ਔਰ ਗੜਵੀ ਵੀ ਲਿਆ ਪੁੱਤਰ ਤੇ ਬਾਲਟੀ ਉਹ ਵੀ ਲਿਆ ਆਪਣਾ ਬੱਚੇ ਨੂੰ ਜਨਾਬ। ਪਹਿਲੇ ਮੇਰੇ ਵੀਰਾਂ ਸਾਹਮਣੇ ਬੱਚੇ ਜੋਗਾ ਮਾਸ਼ਾਅੱਲਾ ਦਿਖਾਵਾਂਗੇ ਐਂਡ ਤੇ ਬੱਚੇ ਨੂੰ ਛੱਡਿਆ ਕਿੰਨਾ ਦੁੱਧ ਹੈ। ਐ ਮੇਰੇ ਵੀਰਾਂ ਦੋਸਤਾਂ ਸਾਹਮਣੇ ਮਾਸ਼ਾਅੱਲਾ ਬਿਲਕੁਲ ਖਾਲੀ ਕਰ ਲਈ, ਔਰ ਐ ਜਨਾਬ ਇੱਕ ਵਾਰੀ ਪਰਤਾ ਲਈ, ਐ ਦੇ ਦੇ ਭੈਣੇ ਦੁੱਧ ਸੰਘਣਾ ਤੇ ਗਾੜਾ, 6 ਲੀਟਰ ਬਾਈਆਂ ਦਾ ਪੱਕਾ ਗਾਂ ਦੇ ਕੋਲ ਦੁੱਧ ਜਨਾਬ ਇੱਕ ਭੈਣ ਦਾ। ਐ ਜਨਾਬ ਮੇਰੇ ਵੀਰਾਂ ਦੇਖ ਲਿਆ ਬੱਚੇ ਨੂੰ ਖੁੱਲ੍ਹਾ ਛੜਾਇਆ, ਬਿਸਮਿਲ੍ਲਾ ਰਹਿਮਾਨ ਰਹੀਮ। ਐ ਜਨਾਬ ਇੱਕ, ਐ ਮਾਸ਼ਾਅੱਲਾ ਦੋ, ਐ ਮਾਸ਼ਾਅੱਲਾ ਤਿੰਨ, ਐ ਜਨਾਬ ਮਾਸ਼ਾਅੱਲਾ ਚਾਰ, ਐ ਜਨਾਬ ਮਾਸ਼ਾਅੱਲਾ ਪੰਜ, ਐ ਜਨਾਬ ਮਾਸ਼ਾਅੱਲਾ 6 ਕਿਲੋ। ਜਿਹੜੀ ਭਾਈ ਹੋਰਾਂ ਨੇ ਗੱਲ ਕੀਤੀ ਉਹ ਖਰੀ ਕੀਤੀ ਹੈ, ਐ ਦੇਖਦੇ ਭੈਣੇ ਬਾਕੀ ਬਾਈ ਵਿਖਾਦਾ ਬੱਚੇ ਨੂੰ ਕਿੰਨਾ ਛੱਡਿਆ, ਐ ਦੇਖਦੇ ਸਾਰੇ ਥੜਾ ਚ ਵਿਖਾ ਦਿਓ ਭਾਈ ਜਾਨ। ਮਾਸ਼ਾਅੱਲਾ ਸੁਥਰਾ ਬੈਠ ਕੇ, ਪਸਮਾ ਵੀ ਚੰਗਾ, ਥਣ ਵੀ ਚੰਗਾ, ਬੈਠ ਦਾ ਪ੍ਰਿੰਟ ਵੀ ਚੰਗਾ, ਨਸਲੋ ਜ਼ਬਤੋਂ ਵੀ ਚੰਗੀ, ਸਾਰੀਆਂ ਗੱਲਾਂ ਬਸ ਛੱਡ ਦੇ ਭਾਈ ਜਾਨ, ਬੱਚਾ ਚੁੰਗ ਲਵ ਰਾਜ ਲਵ। ਐ ਮੇਰੇ ਵੀਰਾਂ ਸਾਹਮਣੇ ਮੇਰੇ ਵੀਰਾਂ ਨੇ, ਭਾਈ ਨੇ ਕਿਹਾ ਕਿ 12 ਲੀਟਰ ਦੀ ਜੁਵੇਦ ਭਾਈ ਗਰੰਟੀ ਮੈਨੂੰ ਆਉਂਦੇ ਆਖਿਆ, ਇਸ ਭਾਅ ਦਾ ਇੱਕ ਰਿਕਾਰਡ ਹੈ ਭਾਈ ਤਫੈਲ ਦਾ। ਆ ਜਾਓ ਭਾਈ ਜਾਨ, ਭਾਈ ਤਫੈਲ ਜਿਹੜੀ ਗੱਲ ਕਰਦੇ ਨੇ ਹਮੇਸ਼ਾ ਪੱਕੀ ਕਰਦੇ ਨੇ, ਇੰਝ ਨਹੀਂ ਕਿ ਲੋਕਾਂ ਤਰ੍ਹਾਂ ਦੱਸਿਆ ਕੁਛ ਹੋਵੇ ਨਿਕਲੇ ਕੁਛ। 6 ਲੀਟਰ ਮੈਂ ਪਹਿਲੇ ਆਪਣੇ ਵੀਰਾਂ ਨੂੰ ਦੱਸਿਆ ਚੁਆਈ ਦੇ ਦੌਰਾਨ ਕਿ 12 ਲੀਟਰ ਦੀ ਬਾਈ ਆਪਾਂ ਨੂੰ ਗਰੰਟੀ ਦਿੰਦਾ। 6 ਗੜਵੀਆਂ ਮੇਰੇ ਵੀਰਾਂ ਦੇ ਸਾਹਮਣੇ ਹੋਈਆਂ ਨੇ, ਔਰ ਬੱਚੇ ਨੇ ਵੀ ਰਜਵਾਂ ਛੱਡਿਆ, ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਆ ਗਈ। ਅਸਲਾਮ ਵਾਲੇਕੁਮ ਭਾਈ ਤਫੈਲ ਸਾਹਿਬ। ਭਾਈ ਤਫੈਲ ਮਾਸ਼ਾਅੱਲਾ ਗਾਂ ਆਪਣੇ ਵੀਰਾਂ ਨੂੰ ਵਿਖਾ ਦਿੱਤੀ, ਸਾਰੀ ਗੱਲ ਦੀ ਤਸੱਲੀ ਕਰਾ ਦਿੱਤੀ। ਆਪਣੀ ਗਾਂ ਦਾ ਸੁਆ ਵੀਰੇ ਕਿੰਨਾ? ਦੂਸਰਾ ਸੁਆ ਜੀ। ਦੂਸਰਾ ਸੁਆ ਹੈ ਭਾਈ ਤਫੈਲ। ਸੂਈ ਨੂੰ ਕਿੰਨੇ ਦਿਨ ਹੋ ਗਏ ਜੀ? ਸੂਈ ਨੂੰ ਤਕਰੀਬਨ 6 ਤੋਂ 7 ਦਿਨ ਹੋ ਗਏ। 6 ਤੋਂ 7 ਦਿਨ ਹੋ ਗਏ, ਠੀਕ ਹੋ ਗਿਆ ਜੀ। ਭਾਈ ਤਫੈਲ ਕੋਈ ਵੰਡਾ ਪਾ ਰਹੇ? ਬਿਲਕੁਲ ਨਹੀਂ, ਅਜੇ ਤੱਕ ਕੁਛ ਵੀ ਨਹੀਂ। ਅੱਛਾ, ਕੋਈ ਵੰਡਾ ਛੱਡਿਆ ਨਹੀਂ? ਪੱਠਿਆਂ ਤੇ ਗੋੜ ਲਿਆਂਦਾ ਹੈ, ਪੱਠਿਆਂ ਤੇ। ਅੱਛਾ ਜੀ, ਪੱਠਿਆਂ ਤੇ ਮਾਸ਼ਾਅੱਲਾ 6 ਕਿਲੋ ਟਾਈਮ ਤਾਂ ਦਿੰਦੀ। 6 ਕਿਲੋ ਟਾਈਮ ਤਾਂ ਦਿੰਦੀ ਜੀ, ਤਕਰੀਬਨ 2 ਕਿਲੋ ਮੈਂ ਬੱਚੇ ਛੱਡਾ ਤੁਹਾਡੇ ਸਾਹਮਣੇ। ਬਿਲਕੁਲ ਬੱਚੇ ਲੱਗ ਜਾਣ। ਕਿਲੋ ਤੋਂ ਹੋਰ ਵੀ ਕੱਢੀ ਜਾਂਦਾ ਬੱਚੇ ਵਾਸਤੇ ਖੜਾ ਹੱਥ। ਬਿਲਕੁਲ ਇਹ ਨਹੀਂ ਜੀ। ਅੱਛਾ ਭਾਈ ਤਫੈਲ, ਸਾਰੀ ਗੱਲ ਵੀਰਾਂ ਨੇ ਵੇਖ ਲਈ, ਅਸੀਂ ਵੇਖ ਲਈ, ਆਪਣੇ ਇਹ ਤਾਂ ਘਰ ਦੀ ਗਾਂ, ਆਪਣੇ ਕਿਹੜਾ ਵਪਾਰ ਦੀ, ਇਹ ਤਾਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਤੋੜੀ ਚੁੜੀ ਪੀਤੀ ਹੋਈ ਹੈ। ਸੁਆ ਦੂਸਰਾ ਹੀ ਹੈ? ਦੂਸਰਾ ਸੁਆ, ਠੀਕ ਹੋ ਗਿਆ। ਭਾਈ ਤਫੈਲ ਸੀਲ ਸੋ ਗਏ ਗਾਂ? ਬਿਲਕੁਲ ਸੀਲ ਸੋ। ਅੱਛਾ ਭਾਈ ਤਫੈਲ, ਗਾਂ ਦਾ ਜਿਹੜਾ ਆਪਾਂ ਮੁੱਲ ਲੈ ਲੈਣਾ ਆਪਣੀ ਵਹਿੜ ਦਾ, ਆਪਾਂ ਉਹ ਕਰਨਾ ਜਿਹਦੇ ਚ 100 ਰੁਪਇਆ ਵੀ ਆਪਾਂ ਘੱਟ ਨਹੀਂ ਕਰਨਾ ਭਰਾਵਾ, 100 ਵੀ ਘੱਟ ਨਹੀਂ ਕਰਨਾ। ਮਾਲ ਇਹਨੇ ਸ਼ੱਕ ਹੋ ਨਹੀਂ ਤਾਂ ਜਨਾਬ 1 ਲੱਖ ਬਾਈ ਜਾਨ ਛੱਡ ਕੇ ਤੋਰਾ ਥਣ ਵਿਖਾ ਦੇ ਕੈਮਰਾਮੈਨ ਸਾਹਿਬ, ਗਾਏ ਦੇ ਥਣ ਵਿਖਾ ਦੇ। ਇਹ ਇਹ ਮੇਰੇ ਵੀਰ ਦੇਖ ਲੈਣ ਮਾਸ਼ਾਅੱਲਾ, ਥਣ ਮੇਰੇ ਵੀਰਾਂ ਸਾਹਮਣੇ ਨੇ, ਗਾਏ ਦੇ ਮੇਰੇ ਵੀਰਾਂ ਭਰਾਵਾਂ ਦੋਸਤਾਂ ਨਜ਼ਰ ਸਾਹਮਣੇ ਛੱਡ ਕੇ ਟੋਰਿਆ ਜੀ, ਜੀ ਗਾਇਨ ਛੱਡ ਕੇ ਟੋਰਿਆ ਜੀ।